खेतीबाड़ी ਨੂੰ ਸੰਬੰਧਿਤ ਤਿਆਰ ਕੀਤੇ ਨਵੇਂ ਕਾਨੂੰਨਾਂ ਦੇ ਵਿਰੋਧ ਵਿੱਚ ਇੱਕ ਰੋਸ ਰੈਲੀ ਅੱਜ ਸ਼ਾਹਕੋਟ ਦੀ ਦਾਣਾ ਮੰਡੀ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਗੁਰਮੇਲ ਸਿੰਘ ਰੇੜਵਾ ਅਤੇ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਵਿੱਚ ਕੀਤੀ ਗਈ ਅਤੇ ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਤੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਬਰਾ, ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਪਿੱਦੀ, ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ, ਰਣਬੀਰ ਸਿੰਘ ਰਾਣਾ ਤੋਂ ਇਲਾਵਾ ਬਹੁਤ ਸਾਰੇ ਬੁਲਾਰਿਆਂ ਨੇ ਮੰਚ ਨੂੰ ਸੰਬੋਧਨ ਕੀਤਾ। ਪੰਜਾਬ ਦਰਪਣ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬੰਟੀ ਅਰੋੜਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ। ਦੋਸਤੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕਿਸਾਨਾਂ ਨੇ 3 ਕਾਲੇ ਕਾਨੂੰਨਾਂ ਦੇ ਖਿਲਾਫ ਆਪਣਾ ਸੰਘਰਸ਼ ਜਾਰੀ ਰੱਖਿਆ ਹੋਇਆ ਹੈ, ਸੋ ਦਿੱਲੀ ਦੇ ਵਿੱਚ ਇਹ ਸੰਘਰਸ਼ ਜਾਰੀ ਹੋ ਚੁੱਕਿਆ ਹੈ ਔਰ ਇਹ ਸੰਘਰਸ਼ ਇੰਨਾ ਲੰਮਾ ਹੋ ਚੁੱਕਿਆ ਹੈ ਕਿ ਅਸੀਂ ਅੱਜ ਤੱਕ ਨਾ ਤਾਂ ਇੰਨਾ ਸੰਘਰਸ਼ ਲੰਮਾ ਦੇਖਿਆ ਹੈ ਅਤੇ ਨਾ ਹੀ ਸੁਣਿਆ ਹੈ। ਲੇਕਿਨ ਸੈਂਟਰ ਦੀ ਸਰਕਾਰ ਜਿਹੜੀ ਹੈ ਉਸ ਦੇ ਸਿਰ 'ਤੇ ਜੂੰ ਨਹੀਂ ਸਰਕ ਰਹੀ। ਉਹਨਾਂ ਦਾ ਕਹਿਣਾ ਹੈ ਕਿ ਇਹ ਕਿਸਾਨ ਦੇ ਹੱਕ ਵਿੱਚ ਨੇ, ਕਿਸਾਨਾਂ ਦੇ ਹਿੱਤ ਵਿੱਚ ਨੇ ਇਹ ਬਿੱਲ ਅਤੇ ਇਹਨਾਂ ਨੂੰ ਰੱਦ ਨਹੀਂ ਕਰਾਂਗੇ। ਲੇਕਿਨ ਕਿਸਾਨ ਵੀਰ ਕਹਿੰਦੇ ਨੇ ਕਿ ਅਸੀਂ ਆਪਣੇ ਇਹ ਜਿਹੜੇ ਕਾਲੇ ਕਾਨੂੰਨ ਸਾਡੇ 'ਤੇ ਜ਼ਬਰਦਸਤੀ ਥੋਪੇ ਗਏ ਨੇ, ਅਸੀਂ ਇਹਨਾਂ ਨੂੰ ਰੱਦ ਕਰਵਾ ਕੇ ਹਟਾਂਗੇ। ਸੋ ਇਸ ਸੰਘਰਸ਼ ਦੇ ਨਾਲ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮਹਾਰੈਲੀਆਂ ਸ਼ੁਰੂ ਕਰ ਦਿੱਤੀਆਂ ਨੇ। ਅੱਜ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਸ਼ਾਹਕੋਟ ਦੇ ਵਿੱਚ ਇੱਕ ਮਹਾਰੈਲੀ ਇਹਨਾਂ ਨੇ ਕੀਤੀ ਹੈ। ਪੰਜਾਬ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਜਿਹੜੀ ਹੈਗੀ ਹੈ ਉਹਨਾਂ ਨੇ ਆਪਣਾ ਜਿਹੜਾ ਸੰਘਰਸ਼ ਅੱਜ ਦਿਖਾਇਆ ਹੈ ਔਰ ਕਾਫੀ ਵੱਡੀ ਮੇਰੇ ਪਿਛਲੇ ਪਾਸੇ ਮਹਾਰੈਲੀ ਜਿਹੜੀ ਹੋ ਰਹੀ ਹੈ ਇਸ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਉਹਨਾਂ ਨੇ ਸ਼ਿਰਕਤ ਕੀਤੀ ਹੈ। ਸੋ ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਂ ਸਤਨਾਮ ਸਿੰਘ ਪੰਨੂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ। ਅੱਜ ਸ਼ਾਹਕੋਟ ਜਲੰਧਰ ਦੇ ਵਿੱਚ ਮਹਾਰੈਲੀ ਕੀਤੀ ਜਾ ਰਹੀ ਹੈ ਜਥੇਬੰਦੀ ਵੱਲੋਂ, ਜਿਹਦੇ ਜਿਹੜੀ 3 ਖੇਤੀ ਕਾਨੂੰਨ ਰੱਦ ਕਰਾਉਣ ਵਾਸਤੇ, MSP ਦਾ ਵੱਖਰਾ ਕਾਨੂੰਨ, 23 ਫਸਲਾਂ ਦੀ ਖਰੀਦ ਦੀ ਗਰੰਟੀ ਵਾਲਾ ਬਣਾਉਣ ਵਾਸਤੇ ਮੋਦੀ ਸਰਕਾਰ ਵੱਲੋਂ ਕੀਤੇ ਜਬਰ ਅਤੇ ਕੀਤੇ ਪਰਚੇ ਅਤੇ ਜਿਹੜੇ ਗ੍ਰਿਫਤਾਰ ਕਿਸਾਨ ਆ ਉਹ ਰਿਹਾਅ ਕਰਾਉਣ ਵਾਸਤੇ ਇਹ ਜਬਰ ਦੇ ਵਿਰੁੱਧ ਜਿਹੜੀ ਰੈਲੀ ਆ ਉਹ ਕੀਤੀ ਜਾਂਦੀ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਆ ਸਾਰੇ ਸ਼ਹੀਦਾਂ ਨੂੰ, ਨਵਰੀਤ ਨੂੰ, ਨਵਰੀਤ ਸਿੰਘ ਡਿਬਡਬਾ ਨੂੰ ਅਤੇ ਜਿੰਨੇ ਵੀ ਸ਼ਹੀਦ ਕਿਸਾਨ ਅੰਦੋਲਨ ਨਾਲ ਸ਼ਹੀਦ ਹੋਏ ਆ ਉਹਨਾਂ ਸਾਰਿਆਂ ਨੂੰ ਜਿਹੜੀ ਸ਼ਰਧਾਂਜਲੀ ਭੇਟ ਕੀਤੀ ਗਈ ਆ। ਅਤੇ ਸਾਡੀਆਂ ਇਹਦੇ ਵਿੱਚ ਮੁੱਖ ਮੰਗਾਂ ਵਾ ਵੀ ਜਿਹੜੇ 3 ਖੇਤੀ ਕਾਨੂੰਨ ਆ ਉਹ ਰੱਦ ਕੀਤੇ ਜਾਣ, MSP ਦਾ ਵੱਖਰਾ ਕਾਨੂੰਨ ਬਣਾਇਆ ਜਾਵੇ, ਹਵਾ ਪ੍ਰਦੂਸ਼ਣ ਐਕਟ ਜਿਹੜਾ ਰੱਦ ਕੀਤਾ ਜਾਵੇ, ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ, ਜਿਹੜੇ ਕਿਸਾਨ ਫੜੇ ਆ 26 ਦੀ ਆੜ ਵਿੱਚ, 26 ਜਨਵਰੀ ਦੀ ਆੜ ਵਿੱਚ ਸਾਰੇ ਗ੍ਰਿਫਤਾਰ ਕੀਤੇ, ਉਹ ਸਾਰੇ ਰਿਹਾਅ ਕੀਤੇ, ਸਾਰੇ ਕਿਸਾਨਾਂ ਦੇ ਉੱਤੇ ਕੀਤੇ ਜਿੰਨੇ ਵੀ ਆ ਉਹ ਸਾਰੇ ਪਰਚੇ ਰੱਦ ਕੀਤੇ ਜਾਣ। ਅਤੇ ਜਿਹੜਾ ਮੋਦੀ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਲਿਆਂਦਾ ਵਾ ਵੀ ਕਣਕ ਦੀ ਖਰੀਦ ਵਾਸਤੇ ਫਰਦਾਂ ਜਿਹੜੀਆਂ ਵਾ ਉਹ ਸਰਕਾਰ ਲਊਗੀ, ਮੰਡੀ ਬੋਰਡ ਲਊਗਾ ਆੜ੍ਹਤੀਆਂ ਦੇ ਰਾਹੀਂ, ਉਹਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ ਕਿਉਂਕਿ ਕਿਸਾਨਾਂ ਦੇ ਵਿਰੋਧ ਦੇ ਵਿੱਚ ਪਾਸ ਕਰਕੇ ਇਹ ਨਿੱਜੀਕਰਨ ਵੱਲ ਸਿੱਧ 'ਤੇ ਆ, ਮੰਡੀਆਂ ਦਾ ਨਿੱਜੀਕਰਨ ਕਰਨ ਵੱਲ ਸਿੱਧ 'ਤੇ ਆ ਕਿਉਂਕਿ ਮੰਡੀਆਂ ਪ੍ਰਾਈਵੇਟ ਕਰਨੀਆਂ, ਉੱਧਰ ਨੂੰ ਇਹ ਗੱਲ ਸਾਰੀ ਜਾ ਰਹੀ ਆ। ਬਹੁਤ ਵੱਡੀ ਗਿਣਤੀ 'ਚ ਲੱਖਾਂ ਲੋਕਾਂ ਨੇ ਜ਼ਮੀਨਾਂ ਬਾਦ ਕੀਤੀਆਂ, ਲੱਖਾਂ ਜਿਹੜੇ ਲੋਕ ਆ ਉਹ ਠੇਕੇ 'ਤੇ ਲੈ ਕੇ ਜ਼ਮੀਨਾਂ ਵਾਹੁੰਦੇ ਆ, ਕੋਈ ਬੇਜ਼ਮੀਨੇ ਕਿਸਾਨ ਆ ਉਹ ਕਿੱਥੋਂ ਫਰਦਾਂ ਦੇਣਗੇ। ਇੱਕ ਜਿਹੜੀ ਸਰਕਾਰ ਆ ਪਹਿਲਾਂ ਇਹਨਾਂ ਨੂੰ ਹੁਣ ਫਰਦਾਂ ਮੰਗੂਗੀ, ਮੁੜ ਕੇ ਅਤੇ ਕੋਟਾ ਤੈਅ ਕਰੂਗੀ ਵੀ ਇੰਨਾ ਇੰਨਾ ਕਿੱਲੇ ਦਾ ਅਸੀਂ ਇੰਨੀ ਖਰੀਦਣੀ, ਬਾਕੀ ਜਿੱਥੇ ਮਰਜ਼ੀ ਵੇਚ ਲਓ। ਹੌਲੀ ਹੌਲੀ MSP ਬੰਦ ਕਰਕੇ ਅਤੇ ਮੰਡੀ ਜਿਹੜੀ ਆ ਪੂਰੀ ਤਰ੍ਹਾਂ ਪ੍ਰਾਈਵੇਟ ਹੱਥਾਂ ਦੇਣ ਦਾ ਜਿਹੜਾ ਮਨਸੂਬਾ ਵਾ ਉਹ ਜਾ ਰਿਹਾ। ਇਸ ਲਈ ਅਸੀਂ ਇਹਦਾ ਆਪਣੀ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਵਾ ਵੀ ਅਸੀਂ ਇਹਦਾ ਸਖ਼ਤ ਵਿਰੋਧ ਕਰਾਂਗੇ, ਅੰਦੋਲਨ ਚਲਾਵਾਂਗੇ ਇਹਦੇ ਖਿਲਾਫ਼ ਅਤੇ ਜਿਹੜੇ ਵੀ ਲੜ ਰਹੇ ਆ ਇਹਦੇ ਖਿਲਾਫ਼ ਉਹਨਾਂ ਦੀ ਮਹਿਤ ਕਰਾਂਗੇ। ਅਤੇ ਨਾਲ ਹੀ ਅਸੀਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ, ਹਰਿਆਣੇ ਦੇ ਕਿਸਾਨਾਂ ਨੂੰ, ਦੇਸ਼ ਵਾਸੀਆਂ ਨੂੰ, ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਵੀ ਕੋਈ ਵੀ ਜਿਹੜੀ ਫਰਦ ਆ ਉਹ ਸਰਕਾਰ ਨੂੰ, ਮੰਡੀ ਬੋਰਡ ਨੂੰ ਜਾਂ ਆੜ੍ਹਤੀਏ ਨੂੰ ਜਿਹੜੀ ਆ ਜ਼ਮੀਨ ਦੀ ਕਣਕ ਦੀ ਖਰੀਦ ਵਾਸਤੇ ਉਹ ਨਾ ਦਿੱਤੀ ਜਾਵੇ। ਅਸੀਂ ਖਲੋਤੇ ਹਾਂ, ਖਰੀਦ ਉਸ ਤਰ੍ਹਾਂ ਕਰਾਵਾਂਗੇ ਅਤੇ ਅੰਦੋਲਨ ਤੇਜ਼ ਕਰਾਂਗੇ। ਇਹ ਇਹ ਸਾਡੀਆਂ ਮੰਗਾਂ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਗੱਲ ਕਰ ਰਹੇ ਸੀ ਹੁਣੇ ਕਿ ਸਰਕਾਰ ਨਵੇਂ ਕਾਨੂੰਨ ਲੈ ਕੇ ਆਈ ਆ, ਪਹਿਲਾਂ 3 ਖੇਤੀ ਕਾਨੂੰਨ ਲਾਗੂ ਕੀਤੇ ਸੀ, ਹੁਣ ਜਿਹੜਾ ਨਵਾਂ ਫਰਦਾਂ ਨੂੰ ਸਰਕਾਰ ਨੇ ਕਹਿਤਾ ਕਿ ਫਰਦਾਂ ਅਪਲੋਡ ਕਰਨੀਆਂ ਨੇ, ਸਰਕਾਰ ਤਾਂ ਆਪਣੇ ਵੱਲੋਂ ਨਵੇਂ ਤੋਂ ਨਵੇਂ ਕਾਨੂੰਨ ਲੈ ਕੇ ਆ ਰਹੀ ਆ, ਕਿਸਾਨ ਹਲੇ ਵੀ ਧਰਨੇ ਤੇ ਬੈਠੇ ਆ, ਅਗਲਾ ਕੀ ਪਲਾਨ ਹੈ ਇਸ ਬਾਰੇ? ਦੇਖੋ, ਸਾਡਾ ਧਰਨਾ ਉੱਥੇ ਜਿਹੜਾ 3.5 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸਾਨੂੰ, ਦਿੱਲੀ ਦੇ ਧਰਨਾ ਲੱਗਾ ਹੋਇਆ, ਦਿੱਲੀ ਦੇ ਧਰਨਾ ਚੜ੍ਹਦੀ ਕਲਾ ਚੱਲ ਰਿਹਾ, ਪੂਰੇ ਦੇਸ਼ ਫੈਲ ਗਿਆ, 21 ਰਾਜਾਂ 'ਚੋਂ ਜਿਹੜਾ ਵਾ ਸਾਡੀ ਜਿਹੜੀ ਆ ਇਹ ਜਿਹੜੀ ਲਹਿਰ ਆ ਉਹ ਫੈਲ ਚੁੱਕੀ ਆ, ਇਹ ਅੰਦੋਲਨ ਦਾ 21 ਸੂਬਿਆਂ ਦੇ ਵਿੱਚ ਫੈਲ ਚੁੱਕਾ। ਇਹ ਜੋ ਵੀ ਮੋਦੀ ਸਰਕਾਰ ਕਰ ਰਹੀ ਆ, ਮੋਦੀ ਸਰਕਾਰ ਨਿੱਜੀਕਰਨ ਕਾਰਪੋਰੇਟ ਕਰਾਉਣੇ ਆ, ਡਾਨੀਆਂ
ਕਿਸਾਨੀਆਂ ਨੂੰ ਸਾਰਾ ਮੰਡੀ ਦਾ ਪ੍ਰਬੰਧ ਦੇਣ ਵਾਸਤੇ, ਜ਼ਮੀਨਾਂ ਉਹਨਾਂ ਦੇ ਹਵਾਲੇ ਕਰਨ ਵਾਸਤੇ ਸਾਰਾ ਜਿਹੜੇ ਪ੍ਰਪੰਚ ਹੈ ਕਰ ਰਹੀ ਆ। ਹੁਣ ਉਹਨਾਂ ਨੇ ਨਵਾਂ ਜਿਹੜਾ ਫਰਦਾਂ ਵਾਲਾ ਕਾਨੂੰਨ ਲਿਆਂਦਾ ਵਾ ਵੀ ਫਰਦ ਜਿਹੜੀ ਆ ਲਾ ਕੇ ਦੇਣੀ ਪਊ ਜੇ ਕਣਕ ਦੀ ਖਰੀਦ ਕਰਾਉਣੀ ਆ, ਅਤੇ ਇਹ ਵੀ ਉੱਧਰ ਹੀ ਸਿੱਧ 'ਤੇ ਆ। ਇਸ ਲਈ ਅਸੀਂ ਸਾਰੇ ਘਰ ਦਾ ਵਿਰੋਧ ਕਰ ਰਹੇ ਹਾਂ ਅਤੇ ਦੋਲਨ ਦਾ ਦਿੱਲੀ ਵਾਲਾ ਵਾ ਉਹਨੂੰ ਹੋਰ ਮਜ਼ਬੂਤ ਕਰਾਂਗੇ। ਇਸੇ ਕਰਕੇ ਜਿਹੜੀ ਰੈਲੀ ਮਹਾਂ ਰੈਲੀ ਕੀਤੀ ਜਾ ਰਹੀ ਹੈ ਜਲੰਧਰ ਦੇ ਵਿੱਚ, ਕੱਲ੍ਹ ਨੂੰ ਅਸੀਂ ਸੁਲਤਾਨਪੁਰ ਲੋਧੀ 'ਚ ਕਰ ਰਹੇ ਹਾਂ, 15 ਤਰੀਕ ਨੂੰ ਜਿਹੜੀ ਆ ਉਹ ਆਪਣੀ ਕਰ ਰਹੇ ਹਾਂ ਫਿਰੋਜ਼ਪੁਰ ਦੇ ਵਿੱਚ ਕਰ ਰਹੇ ਹਾਂ। ਇਹ ਮਹਾਂ ਰੈਲੀਆਂ ਕਰਨ ਦਾ ਮਤਲਬ ਵੀ ਇਹੋ ਆ ਵੀ ਸਾਡਾ ਜਿਹੜਾ ਦਿੱਲੀ ਵਾਲਾ ਮੋਰਚਾ ਉਹਨੂੰ ਮਜ਼ਬੂਤ ਕੀਤਾ ਜਾਵੇ ਅਤੇ ਅਸੀਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਅਤੇ ਦੇਸ਼ ਵਾਸੀਆਂ ਨੂੰ, ਹਰਿਆਣਾ ਵਾਸੀਆਂ ਨੂੰ, ਸਾਰਿਆਂ ਨੂੰ, ਯੂਪੀ ਵਾਸੀਆਂ ਨੂੰ ਅਪੀਲ ਕਰਦੇ ਹਾਂ ਵੀ ਆਪਣੇ ਅੰਦੋਲਨ ਨੂੰ ਮਜ਼ਬੂਤ ਕਰਨ ਵਾਸਤੇ ਹਰ ਪਿੰਡ 'ਚ ਇੱਕ ਫੈਸਲਾ ਕਰ ਲਓ। ਜਿਸ ਤਰ੍ਹਾਂ 13,000 ਪੰਜਾਬ ਦੇ ਪਿੰਡ ਆ, ਇੱਕ ਟਰਾਲੀ ਉੱਥੇ ਹਰ ਪਿੰਡ 'ਚੋਂ ਖਲੋਵੇ ਅਤੇ 10 ਬੰਦੇ ਹਰ ਪਿੰਡ 'ਚੋਂ ਖਲੋਣ। ਜੇ ਇਹ ਵੀ ਹੋ ਗਿਆ 13,000 ਟਰਾਲੀ ਸਾਡੇ ਅੰਦੋਲਨ 'ਚ ਸਾਰੇ ਮੋਰਚਿਆਂ 'ਤੇ ਖੜ੍ਹ ਜਾਊਗੀ ਦਿੱਲੀ ਦੇ ਵਿੱਚ, ਅਤੇ 1,30,000 ਸਾਡੇ ਕਿਸਾਨ ਮਜ਼ਦੂਰ ਉੱਥੇ ਠਹਿਰ ਜਾਣਗੇ, ਖੜ੍ਹ ਜਾਣਗੇ, ਇਸ ਤਰੀਕੇ ਨਾਲ ਰੋਟੇਸ਼ਨ ਦੇ ਵਿੱਚ ਆਈ ਜਾਣ, ਟਰੇਸ਼ਨ 'ਚ ਆਈ ਜਾਣ। ਇਹ ਵੀ ਮਤੇ ਪਾਸ ਕਰੋ ਅਤੇ ਪੰਚਾਇਤਾਂ ਸਾਰੇ ਲੋਕ ਵਰਗ ਕਰੋ, ਸਾਰੇ ਵਰਗਾਂ 'ਤੇ ਹਮਲਾ ਵਾ, ਬਹੁਤ ਵੱਡਾ ਹਮਲਾ। ਇਹ ਇਕੱਲਾ ਇਹਨਾਂ 'ਤੇ ਹਮਲਾ, ਤੇਲ ਡੀਜ਼ਲ ਪੈਟਰੋਲ ਦੀਆਂ ਰੇਟ ਵੱਧ ਰਿਹਾ, ਉਹਦੇ ਨਾਲ ਮਹਿੰਗਾਈ ਵੱਧ ਰਹੀ ਆ, ਉਹਦੇ ਨਾਲ ਹਰ ਵਰਗ 'ਤੇ ਹਮਲਾ। ਜਿਹੜੀ ਜਿਹੜਾ ਕਿੰਨੇ ਖੇਤੀ ਕਾਨੂੰਨ ਆ, ਇਹ ਇਕੱਲੇ ਕਿਸਾਨਾਂ 'ਤੇ ਹਮਲਾ ਨਹੀਂ ਆ, ਪੂਰੇ ਸਮਾਜ 'ਤੇ ਹਮਲਾ ਵਾ, ਹਰ ਵਰਗ 'ਤੇ ਹਮਲਾ ਵਾ। ਕਿਉਂਕਿ ਜਿਹਨੇ ਲੈ ਕੇ ਆਪਣਾ ਉਹ ਚੀਜ਼ ਖਾਣੀ ਆ, ਫੂਡ ਖਾਣਾ ਵਾ, ਕਣਕ ਚੌਲ ਖਾਣੇ ਜਾਂ ਹੋਰ ਬਾਕੀ ਚੀਜ਼ਾਂ ਖਾਣੀਆਂ, ਉਹਨਾਂ ਨੂੰ ਵੀ ਬਹੁਤ ਮਹਿੰਗਾ ਮਿਲਣਾ। ਡਾਨੀ ਬਾਨੀਆਂ ਨੂੰ ਉਹਨਾਂ ਨੇ ਖੁੱਲ੍ਹ ਦਿੱਤੀ ਆ ਜੀ, ਜ਼ਰੂਰੀ ਵਸਤਾਂ ਨਿਯਮ 1955 ਜਿਹੜਾ ਸੋਧ ਕੀਤੀ ਉਹ ਬਿੱਲ ਦੇ ਵਿੱਚ, ਉਹਦੇ ਸੋਧ ਕਰਕੇ। ਉਹਦਾ ਮਤਲਬ ਵੀ ਇਹ ਆ ਵੀ ਜਿਹੜੇ ਕਾਰਪੋਰੇਟ ਘਰਾਣੇ ਆ, ਡਾਨੀ ਬਾਨੀ ਆ, ਜਿੰਨਾ ਮਰਜ਼ੀ ਨਾਜ ਕਿਸਾਨਾਂ ਤੋਂ ਸਸਤੇ ਭਾਅ ਖਰੀਦਣ ਅਤੇ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਜ਼ਖੀਰੇਬਾਜ਼ੀ ਕਰ ਲੈਣ, ਜਿਹੜਾ ਕਿ ਪਹਿਲਾਂ ਜ਼ਰੂਰੀ ਵਸਤਾਂ ਨਿਯਮ ਦੇ ਵਿੱਚ ਇਹ ਹੈਗਾ ਸੀ ਕਾਨੂੰਨ ਵੀ ਕੋਈ ਵੀ ਜਿੰਨਾ ਸਰਕਾਰ ਦਾ ਉਹ ਹੁੰਦਾ ਸੀਗਾ ਮੈਜਰਮੈਂਟ ਹੁੰਦੀ ਸੀ, ਉਹ ਤੋਂ ਵੱਧ ਕੋਈ ਵੀ ਉਹਦਾ ਜਿਹੜਾ ਸਟੋਰ ਨਹੀਂ ਸੀ ਕਰ ਸਕਦਾ ਕਿਸੇ ਵੀ ਚੀਜ਼ ਦੀ ਖਾਣ ਵਾਲੀ ਵਸਤਾਂ ਦੀ, ਉਹ ਹੁਣ ਕਰ ਸਕਣਗੇ ਅਤੇ ਉਹ ਲੋਕਾਂ ਨੂੰ ਲੁੱਟਣਗੇ। ਇਸ ਲਈ ਇਹਦਾ ਸਾਰੇ 3 ਖੇਤੀ ਕਾਨੂੰਨ ਜਿਹੜੇ ਆ ਉਹ ਸਾਰੇ ਦੇਸ਼ ਦੇ ਵਿਰੋਧੀ ਆ ਅਤੇ ਸਰਕਾਰ ਨੂੰ ਡੈਮੋਕ੍ਰੇਸੀ ਆ, ਜੇ ਕੋਈ ਡੈਮੋਕ੍ਰੇਸੀ ਹੈਗੀ ਦੇਸ਼ 'ਚ ਤਾਂ ਸਾਰੇ ਲੋਕਾਂ ਦੀ ਗੱਲ ਸੁਣ ਕੇ, ਸਾਰੇ ਹਿੰਦੁਸਤਾਨ ਦੇ 133 ਕਰੋੜ ਲੋਕਾਂ ਦੀ ਗੱਲ ਸੁਣ ਕੇ 3 ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਆ ਅਤੇ 23 ਫਸਲਾਂ ਦੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਉਣਾ ਚਾਹੀਦਾ। ਬਹੁਤ ਵੱਡੀ ਮੰਗ ਹੈ 23 ਫਸਲਾਂ ਦੀ ਖਰੀਦ ਦੀ ਗਰੰਟੀ ਵਾਲਾ, ਉਹ ਤਾਂ MSP ਜਿਹੜੀ ਕਣਕ ਚੌਲ ਝੋਨੇ ਦੀ ਆ ਜਿਹੜੀ 15% ਲੋਕਾਂ ਨੂੰ ਸਿਰਫ ਮਿਲਦੀ ਆ ਉਹ ਵੀ ਖਤਮ ਕਰਨਾ ਚਾਹੁੰਦੇ ਆ। ਆਹ ਸਾਡੇ ਅੰਦੋਲਨ ਦੀ ਮੰਗ ਆ ਵੀ 85% ਜਿਹੜੇ ਬਾਕੀ ਰਹਿੰਦੇ ਲੋਕ ਆ ਉਹਨਾਂ ਨੂੰ ਦਿੱਤੀ ਜਾਵੇ, 23 ਫਸਲਾਂ ਦਿੱਤੀ ਜਾਵੇ ਜਿਹੜਾ ਸਰਕਾਰ ਐਲਾਨ ਤਾਂ ਕਰਦੀ ਆ ਪਰ ਉਹਨਾਂ ਖਰੀਦ ਨਹੀਂ ਕਰਦੀ। ਜਿਸ ਤਰ੍ਹਾਂ ਮਕਈ ਆ, ਦਾਲ ਆ, ਤੇਲ ਬੀਜ ਆ, ਜਵਾਰ ਆ, ਬਾਜਰਾ ਵਾ, ਹੋਰ ਬਾਕੀ ਚੀਜ਼ਾਂ ਵਾ, ਸਬਜ਼ੀਆਂ ਵਾ, ਆਪਣੀਆਂ ਆਲੂ ਆ, ਗੰਢੇ ਆ, ਉਹਨਾਂ ਦੀ ਵੀ ਖਰੀਦ ਜਿਹੜਾ ਘੱਟੋ ਘੱਟ ਭਾਅ ਆ ਉਹ 'ਤੇ ਕੀਤੀ ਜਾਵੇ। ਉਹਦੇ ਨਾਲ ਬਹੁਤ ਫਾਇਦੇ ਹੋਣਗੇ, ਉਹਦੇ ਨਾਲ ਇੱਕ ਤਾਂ ਖੇਤੀ ਵਿਭਿੰਨਤਾ ਹੋਜੂਗੀ, ਜਿਹੜਾ ਪਾਣੀ ਥੱਲੇ ਜਾ ਰਿਹਾ ਉਹ ਬਚੂਗਾ, ਹਵਾ ਪ੍ਰਦੂਸ਼ਣ ਦਾ ਜਿਹੜਾ ਵਾ ਉਹ ਵੀ ਮਸਲਾ ਹੱਲ ਹੋਜੂਗਾ ਅਤੇ ਜਿਹੜੀ ਸਾਡੀ ਜਿਹੜੀ ਵਿਦੇਸ਼ ਜਿਹੜੀ ਮੁਦਰਾ ਸਾਡੇ ਦੇਸ਼ ਦੀ ਆ ਉਹ ਵਿਦੇਸ਼ਾਂ ਦੇ ਵਿੱਚ ਜਾਂਦੀ ਆ ਬਾਕੀ ਚੀਜ਼ਾਂ ਖਰੀਦਣ ਵਾਸਤੇ, ਉਹ ਬਾਜੂਗੀ। ਕਿਸਾਨ ਹਰ ਚੀਜ਼ ਪੈਦਾ ਕਰ ਦੇਣਗੇ, ਦੇਸ਼ ਦਾ ਕਿਸਾਨ ਵੀ ਖੁਸ਼ਹਾਲ ਹੋਊਗਾ, ਸਰਕਾਰ ਵੀ ਜਿਹੜੀ ਆ ਵਧੀਆ ਤਰੀਕੇ ਨਾਲ ਸਾਰਾ ਕੰਟਰੋਲ ਕਰ ਜੂਗੀ ਅਤੇ ਸਾਰੇ ਖਪਤਕਾਰਾਂ ਨੂੰ ਚੀਜ਼ਾਂ ਜਿਹੜੀਆਂ ਉਹ ਸਸਤੀਆਂ ਮਿਲਣਗੀਆਂ ਅਤੇ ਨਾਲ ਜਿਹੜਾ MSP ਦਾ ਸਾਡਾ MSP ਦੀ ਜਿਹੜੀ ਆ ਉਹ ਉਹਦੀ ਗਰੰਟੀ ਦੇ ਨਾਲ ਜਿਹੜੀਆਂ ਸਾਨੂੰ ਮੰਡੀਆਂ ਹੋਰ ਖੋਲ੍ਹਣ ਦੀ ਲੋੜ ਆ। 7,000 ਮੰਡੀਆਂ ਹੈ ਜਿਹੜੇ ਦੇਸ਼ ਦੇ ਵਿੱਚ, ਸਾਰੀ ਸਿਰਫ ਹਰਿਆਣੇ ਦੇ, ਪੰਜਾਬ 'ਚ ਮਾੜਾ ਮੋਟਾ ਮੰਡੀਆਂ ਦਾ ਢਾਂਚਾ ਵਾ। 7,000 ਮੰਡੀਆਂ ਸਿਰਫ ਜਿਹੜੀਆਂ ਦੇਸ਼ ਦੇ ਵਿੱਚ ਹੈ ਜਿਹੜੇ ਚੱਲ ਰਹੀਆਂ ਉਹ 42,000 ਮੰਡੀਆਂ ਕਰਨ ਦੀ ਲੋੜ ਆ, 42,000 ਮੰਡੀਆਂ ਕੀਤੀਆਂ ਜਾਣ। ਇਹ ਸਾਰੀਆਂ ਮੰਗਾਂ ਵਾਸਤੇ ਅਸੀਂ ਆਪਣਾ ਅੰਦੋਲਨ ਜਾਰੀ ਰੱਖਾਂਗੇ, ਉਹਨਾਂ ਚਿਰ ਤੱਕ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਮੋਦੀ ਸਰਕਾਰ ਨੂੰ ਝੁਕਾ ਨਹੀਂ ਲੈਂਦੇ। 3 ਖੇਤੀ ਕਾਨੂੰਨ ਰੱਦ ਕਰਾਉਣਾ, MSC ਦਾ ਵੱਖਰਾ ਕਾਨੂੰਨ ਬਣਾਉਣਾ, ਬਾਕੀ ਜਿੰਨੇ ਵੀ ਸਾਰੇ ਮਸਲੇ ਆ ਜਿੰਨਾ ਚਿਰ ਉਹ ਹੱਲ ਨਹੀਂ ਕਰਾ ਲੈਂਦੇ ਉਹਨਾਂ ਚਿਰ ਅਸੀਂ ਦਿੱਲੀ ਵਾਲਾ ਮੋਰਚਾ ਉੱਥੋਂ ਉੱਠ ਕੇ ਨਹੀਂ ਆਵਾਂਗੇ, ਚਾਹੇ ਉੱਥੇ ਜਿੰਨੀਆਂ ਮਰਜ਼ੀ ਕੁਰਬਾਨੀਆਂ ਦੇਣੀਆਂ ਪੈਣ, ਜੋ ਸਾਨੂੰ ਮਰਜ਼ੀ ਦੁੱਖ ਸਿੱਧਰ ਝੱਲਣੇ ਪੈਣ, ਇਹਦੀਆਂ ਜੇਲ੍ਹਾਂ ਕੱਟਣੀਆਂ ਪੈਣ, ਪਰਚਿਆਂ ਦਾ ਸਾਹਮਣਾ ਕਰਨਾ ਪਵੇ, ਸਾਰਾ ਕੁਛ ਕਰਾਂਗੇ ਪਰ ਅਸੀਂ ਆਪਣਾ ਅੰਦੋਲਨ ਜਿਹੜਾ ਉਹ ਉੱਥੇ ਜਾਰੀ ਰੱਖਾਂਗੇ। ਪੰਨੂ ਸਾਹਿਬ, BJP ਦੇ ਮੈਂਬਰਾਂ ਦਾ ਕਹਿਣਾ ਕਿ ਇਹ ਅੰਦੋਲਨ ਜਿਹੜਾ ਕਿਸਾਨਾਂ ਦਾ ਉਹ ਬਹੁਤ ਢਿੱਲਾ ਹੋ ਚੁੱਕਿਆ ਤੇ 1-2 ਮਹੀਨਿਆਂ ਦੇ ਵਿੱਚ ਇਹ ਅੰਦੋਲਨ ਬਿਲਕੁਲ ਖਤਮ ਹੋ ਜਾਊਗਾ, ਇਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂ, ਉਹਨਾਂ ਦੀ ਇਹ ਗਲਤਫਹਿਮੀ ਹੋ ਸਕਦੀ ਆ ਵੀ ਗਾੜੀ ਕਣਕ ਦੀ ਵਾਢੀ ਆ ਰਹੀ ਆ ਜਾਂ ਛਾਂ ਕੋਈ ਗੱਲ ਹੋ ਸਕਦੀ ਆ ਵੀ ਅੰਦੋਲਨ ਕਮਜ਼ੋਰ ਨਹੀਂ ਹੋਊਗਾ। ਅੰਦੋਲਨ ਤੇਜ਼ ਹੋ ਰਿਹਾ, 26 ਜਨਵਰੀ ਤੋਂ ਬਾਅਦ ਅੰਦੋਲਨ ਤੇਜ਼ ਹੋਇਆ, ਦੂਜੇ ਸੂਬਿਆਂ 'ਚ ਵੱਧ ਫੈਲਿਆ, ਇਹ ਵੇਲੇ ਬੜੀਆਂ ਬੜੀਆਂ ਮਹਾਂ ਪੰਚਾਇਤਾਂ ਹੋ ਰਹੀਆਂ। ਸਾਡੇ ਜਿਹੜੇ ਆਗੂ ਆ ਸੰਯੁਕਤ ਮੋਰਚੇ ਦੇ ਉਹ ਬਾਕੀ ਜਿੱਥੇ ਚੋਣਾਂ 'ਚ ਆਉਣਾ ਉੱਥੇ ਵੀ ਉਹ ਸੂਬਿਆਂ 'ਚ ਆ ਰਿਹਾ। ਬੰਗਾਲ ਤੱਕ ਅੰਦੋਲਨ ਫੈਲ ਚੁੱਕਾ, ਕੇਰਲਾ ਤੱਕ ਫੈਲ ਚੁੱਕਾ, ਤਾਮਿਲਨਾਡੂ ਤੱਕ ਫੈਲ ਜਾਏਗਾ, ਮੱਧ ਪ੍ਰਦੇਸ਼ 'ਚ, ਰਾਜਸਥਾਨ 'ਚ ਬਹੁਤ ਵੱਡੀਆਂ ਵੱਡੀਆਂ ਮਹਾਂ ਪੰਚਾਇਤਾਂ ਹੋ ਰਹੀਆਂ, ਯੂਪੀ 'ਚ ਪੂਰੀ ਤਰ੍ਹਾਂ ਫੈਲ ਚੁੱਕਾ, ਹਰਿਆਣੇ ਪੰਜਾਬ 'ਚ ਪਹਿਲਾਂ ਹੀ ਸਾਰਾ ਉੱਠਿਆ ਪਿਆ ਸਾਰਾ ਇਲਾਕਾ। ਇਸ ਕਰਕੇ ਅੰਦੋਲਨ ਆ ਜਿਹੜੀ ਉਹਦੀ ਉਹਨਾਂ ਦੀ ਗਲਤ ਫਹਿਮੀ ਆ, ਉਹਨਾਂ ਦੀ ਗਲਤ ਫਹਿਮੀ ਆ ਵੀ ਅੰਦੋਲਨ ਕਮਜ਼ੋਰ ਹੋ ਜਾਊਗਾ। ਅਸਲ ਦੇ ਵਿੱਚ ਉਹ ਤਾਨਾਸ਼ਾਹੀ ਰਵੱਈਆ ਅਖਤਿਆਰ ਕੀਤਾ ਹੋਇਆ ਵਾ, ਲੋਕਾਂ ਦੀ ਗੱਲ ਸੁਣ ਨਹੀਂ ਰਿਹਾ। ਦੇਸ਼ ਦੇ ਲੋਕ ਜਿਹੜੇ ਆ ਉਹ
किसान मजदूर संघर्ष कमेटी। सो इन्हों का कहना है कि बीजेपी के मैंबर चाहे ये कह रहे हैं कि यह धरना जल्द समाप्त हो जाएगा, लेकिन इन्हों का कहना है कि यह धरना, ये महारैलियां, ये संघर्ष, ये अंदोलन दिनों दिन वधेगा अते सेंटर सरकार दी नक विच दम कर देवेगा। असी ये काले कानून जिहड़े वो रद्द करवा के हटांगे। और उन्होंने ये भी कहा कि असी जो संयुक्त किसान मोर्चा है उस दे नाल ही चलांगे, जो कहणगे असी उन्हां दे हर हुक्म दी पालना करांगे, उन्हां दे नाल होके चलांगे। सो पंजाब दर्पण न्यूज़ वल्लों विशेष रिपोर्ट, बंटी अरोड़ा, विशु अरोड़ा, शाहकोट।